अपना मंगनी हो गई व्याह हो गई फिर तुसी कह सकते हो कि सारा अरेंज मैरिज हो गया सोहनी पंजाबी हुण बोलन लग पे समझदे नहीं हो मैं हुण पंजाबी च गल कर रही हां किन्ने एक साल लगे सी मेरा घरवाला एक ही पुत्र उहनां दा तीन भैण वड्डे ने जे मम्मी डैडी सारे कोल रहन लग जाना ते फिर मेनू सिखाना सीखना पेगा जा मम्मी डैडी इंग्लिश बोलना ते जा मैं पंजाबी बोलना शब्द अपना सीखन लग पिया ऐरा उरा सारा कुछ सीखिया ना बच्चे दे कोल जदो बच्चे स्कूल आंदे आ मैं फिर कहन लग जांदे हो बच्चे इत्थे आ जाओ मेनू आ दस जाओ आ की है फिर उन्हें सारा कुछ दस्या समर फूड थोड़ा डिफरेंट होता है तुसी खान दे विच तुहानू पंजाबी फूड दे विच की चंगा लगदा आलू मेथी अच्छा आलू मेथी ते मकई दा रोटी ओ दा नाम इंडिया दे विच जदों चाहिदा है उत्थे कुटिया सोनिया सोनिया ने है ना परी भी लिखी हुई है लेकिन एक मेनू जे मैं कह सकते हो ना सही दे नाल कुड़िया पीएचडी भी करते हो लेकिन व्याह तो बाद रसोई दे विच काम करते हो ਰੇਡੀਓ ਸਪਾਈਸ ਤੇ ਕੀਵੀ ਟੀਵੀ ਦੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਜੀਤ ਪ੍ਰੋਗਰਾਮ ਲੇਡੀਜ਼ ਫਸਟ ਲੈ ਕੇ ਹਾਜ਼ਰ ਹੋ ਗਈ ਹਾਂ ਲੇਡੀਜ਼ ਫਸਟ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਇਹਨਾਂ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਹੈ ਜਿਨ੍ਹਾਂ ਨੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹਰ ਉਹ ਔਰਤ ਜਿਹੜੀ ਆਪਣੀ ਜ਼ਿੰਦਗੀ ਦੇ ਵਿੱਚ ਜੱਦੋਜਹਿਦ ਕਰਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਆਪਣੇ ਪਰਿਵਾਰ ਦੀ ਖੁਸ਼ਹਾਲੀ ਦੇ ਲਈ ਕੰਮ ਕਰਦੀ ਹੈ ਤੇ ਨਾਲ ਦੀ ਨਾਲ ਸਮਾਜ ਦੀ ਭਲਾਈ ਦੇ ਲਈ ਕੰਮ ਕਰਦੀ ਹੈ ਸੌ ਸੌ ਵਾਰ ਸਜਦਾ ਕਰਨ ਨੂੰ ਜੀ ਕਰਦਾ ਹੈ ਅਜਿਹੀਆਂ ਔਰਤਾਂ ਨੂੰ ਮੈਂ ਜ਼ਿਆਦਾ ਸਮਾਂ ਨਹੀਂ ਲੈਂਦੀ ਅੱਜ ਤੁਹਾਡੀ ਮੁਲਾਕਾਤ ਮੈਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਕਰਵਾਵਾਂਗੀ ਜਿਹਨੇ ਜਨਮ ਪੰਜਾਬ ਦੇ ਵਿੱਚ ਨਹੀਂ ਲਿਆ ਇੱਕ ਵੱਖਰੇ ਮੂਲ ਦੇ ਵਿੱਚ ਵੱਖਰੇ ਭਾਈਚਾਰੇ ਦੇ ਵਿੱਚ ਜਨਮ ਇਹਨਾਂ ਦਾ ਹੋਇਆ ਸੀ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਪੰਜਾਬੀ ਕਲਚਰ ਨੂੰ ਅਡਾਪਟ ਕੀਤਾ ਹੈ ਤੇ ਇੰਨੇ ਚੰਗੇ ਤਰੀਕੇ ਦੇ ਨਾਲ ਪੰਜਾਬੀ ਕਲਚਰ ਦੇ ਵਿੱਚ ਪੰਜਾਬੀਅਤ ਦੇ ਵਿੱਚ ਘੁਲ ਮਿਲ ਗਏ ਨੇ ਕਿ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਲੱਗਦਾ ਹੀ ਨਹੀਂ ਕਿ ਉਹਨਾਂ ਨੇ ਬਾਅਦ ਦੇ ਵਿੱਚ ਜਿਹੜਾ ਪੰਜਾਬੀ ਕਲਚਰ ਉਸਨੂੰ ਅਪਣਾਇਆ ਮੇਰਾ ਖਿਆਲ ਹੈ ਕਿ ਸਾਡੇ ਚੋਂ ਬਹੁਤਿਆਂ ਦੇ ਨਾਲੋਂ ਜ਼ਿਆਦਾ ਨੌਲੇਜ ਇਹਨਾਂ ਨੂੰ ਪੰਜਾਬੀ ਕਲਚਰ ਦੇ ਬਾਰੇ ਹੁੰਦੀ ਹੈ ਸਾਡੀ ਕਮਿਊਨਿਟੀ ਦੇ ਵਿੱਚ ਕੀ ਕੀ ਇਸ਼ੂਜ਼ ਨੇ ਕਿਉਂਕਿ ਇਹ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਕਾਫੀ ਅੱਜ ਕੱਲ੍ਹ ਸਰਗਰਮ ਨੇ ਤੇ ਕਾਫੀ ਕਮਿਊਨਿਟੀ ਦੇ ਵਿੱਚ ਕੰਮ ਕਰ ਰਹੇ ਨੇ ਮੇਰੀ ਮੁਰਾਦ ਹੈ ਐਨ ਸਿੰਘ ਹੋਰਾਂ ਤੋਂ ਜਿਨ੍ਹਾਂ ਨੂੰ ਕੋਈ ਐਨੀ ਸਿੰਘ ਵੀ ਕਹਿ ਦਿੰਦੇ ਨੇ ਸਤਿ ਸ਼੍ਰੀ ਅਕਾਲ ਐਨ ਕੀ ਹਾਲ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਭੈਣ ਜੀ ਠੀਕ ਠਾਕ ਹੋ ਠੀਕ ਠਾਕ ਵਧੀਆ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੱਕ ਮੌਕਾ ਦਿੱਤੀ ਹੈ ਕਿ ਮੈਂ ਤੁਹਾਡੇ ਸ਼ੋਅ ਦੇ ਉੱਤੇ ਗੱਲ ਕਰ ਸਕਦੀ ਹਾਂ ਆ ਥੈਂਕ ਯੂ ਸਾਡੇ ਧੰਨਵਾਦ ਨੇ ਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਤੁਹਾਡੇ ਸਤਿ ਸ਼੍ਰੀ ਅਕਾਲ ਬ੍ਰਾਂਡ ਦਾ ਸਟਾਈਲ ਬੜਾ ਸੋਹਣਾ ਲੱਗਦਾ ਆਈ ਐਮ ਸ਼ੋਰ ਸਾਡੇ ਵਿਊਜ਼ ਨੇ ਵੀ ਬੜਾ ਪਸੰਦ ਕਰਨਾ ਹੈ ਸਾਡੀ ਗੱਲਬਾਤ ਨੂੰ ਕੀ ਹਾਲ ਚਾਲ ਹੈ ਤੁਹਾਡਾ ਕਿਵੇਂ ਚੱਲ ਰਿਹਾ ਸਾਰਾ ਕੰਮ ਕਾਰ ਬਹੁਤ ਵਧੀਆ ਭੈਣ ਜੀ ਠੀਕ ਹੈ ਹਾਲੇ ਤਾਂ ਠੀਕ ਠਾਕ ਚੱਲਦਾ ਪਰਮਾਤਮਾ ਦਾ ਸ਼ੁਕਰ ਹੈ ਜੀ ਬਿਲਕੁਲ ਸੋ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਹੈ ਕਿ ਤੁਹਾਡੇ ਦਿਨ ਦੇ ਵਿੱਚ ਤੁਸੀਂ ਕੀ ਕੀ ਕਰਦੇ ਹੋ ਜਦੋਂ ਸਵੇਰੇ ਉੱਠਦੇ ਹੋ ਮੈਨੂੰ ਪਤਾ ਬਹੁਤ ਬਿਜ਼ੀ ਰਹਿੰਦੇ ਹੋ ਤਿੰਨ ਚਾਰ ਹਫ਼ਤਿਆਂ ਤੋਂ ਆਪਾਂ ਗੱਲ ਕਰ ਰਹੇ ਸੀ ਕਿ ਕਦੋਂ ਤੁਸੀਂ ਵਿਹਲੇ ਹੋ ਤੇ ਤੁਹਾਡੇ ਸਾਰਾ ਵੀਕ ਡੇਜ਼ ਤੇ ਵੀਕਐਂਡ ਫੁੱਲੀ ਬੁੱਕਡ ਹੁੰਦੇ ਨੇ ਤੁਸੀਂ ਸਵੇਰ ਤੋਂ ਉੱਠ ਕੇ ਭੱਜਣਾ ਸ਼ੁਰੂ ਕਰ ਦਿੰਦੇ ਹੋ ਹਾਂਜੀ ਹਲੀ ਟਾਈਮ ਨਹੀਂ ਲੱਗਦਾ ਲੇਕਿਨ ਉੱਠ ਕੇ ਆਪਣਾ ਇਸ਼ਨਾਨ ਨਿਚਾਰਾ ਕਰਨੇ ਆ ਮੰਮੀ ਡੈਡੀ ਦੇ ਨਾਲ ਗੱਲਬਾਤ ਕਰਨੇ ਆ ਹਰ ਜਾਣ ਦੇ ਨਾਲ ਥੋੜਾ ਜਿਹਾ ਟਾਈਮ ਸਪੈਂਡ ਕਰਨਾ ਜੀ ਉਸ ਤੋਂ ਬਾਅਦ ਕੰਮ ਤੇ ਚਾਹੀਦਾ ਹਾਂਜੀ ਕੰਮ ਤੇ ਚਾਹੀਦਾ ਫਿਰ ਸ਼ਾਮ ਨੂੰ ਜਦੋਂ ਕੋਈ ਟਾਈਮ ਹੈਗਾ ਆਪਣਾ ਮੀਟਿੰਗਸ ਵੀ ਕਰਨਾ ਸਾਰਾ ਕੁਛ ਫਿਟ ਇਨ ਕਰਨੇ ਆ ਕਿਉਂਕਿ ਕਮਿਊਨਿਟੀ ਦੇ ਵਿੱਚ ਅਲੱਗ ਅਲੱਗ ਪ੍ਰੋਫਾਈਲਸ ਹੈਗੀ ਹੈ ਮੇਰੀ
ਤੇ ਸ਼ਨੀਵਾਰ ਐਤਵਾਰ ਅਸੀਂ ਫੰਕਸ਼ਨਸ ਤੇ ਜਾਂਦੇ ਹਾਂ। ਅੱਛਾ, ਫਿਰ ਤੁਹਾਨੂੰ ਪਤਾ ਹੀ ਹੈ ਨਾ ਜਦੋਂ ਪੰਜਾਬੀ ਫੰਕਸ਼ਨ ਤੇ ਜਾਈਦਾ ਹੈ ਫਿਰ ਅਲੱਗ ਅਲੱਗ ਸੂਟ ਤੇ ਜਾ ਕੇ ਪਾਈਦਾ ਹੈ। जिक्र किया अपने मम्मी डैडी नाल भी टाइम स्पेंड करदे हो, बेटे नाल भी करदे हो, पाजी हुरां नूं भी पूरा टाइम दिंदे हो, इस सब दे बावजूद तुसी इन्ना सोहना काम कर रहे हो, उसके लिए पहला तो तुहानूं मुबारकबाद। मैं एक इत्थे पुछना चाहनी हां कि साडे व्यूअर्स नूं जरूर दसो तुहाडी बैकग्राउंड दे बारे कि सामोअन मूल दे हो तुसीं, पर तुहाडा जन्म इत्थे न्यूजीलैंड च होया सी कि उधर सामोआ च होया सी? हां जी भैन जी, मेरा जन्म इत्थे होया सी न्यूजीलैंड च। फैमिली पहला इत्थे सी? हां जी जी जी, ठीक। ते पापा न्यूजीलैंड दे विच काफी टाइम होया। अच्छा, ते मम्मा बाहर च आया सी। ठीक, पापा बिजनेसमैन दा सी ਤੇ ਸਾਮੋ ਦੇ ਵਿੱਚ ਉਹ ਪੁਲਿਸ ਆਫਿਸਰ ਸਨ ਤੇ ਲੋਕਲ ਪੋਲੀਟੀਸ਼ੀਅਨ ਸਨ। ਅੱਛਾ, ਹਾਂਜੀ ਠੀਕ। ਸੋ ਪੋਲਿਟਿਕਸ ਥੋੜੇ ਥੋੜੇ ਤੁਹਾਡੇ ਖੂਨ 'ਚ ਹੀ ਨੇ ਤੁਸੀਂ ਕਹਿ ਸਕਦੇ ਹੋ। ਹਾਂਜੀ ਜੀ। ਅੱਛਾ, ਐਂ ਫਿਰ ਇਹ ਜਿਵੇਂ ਤੁਹਾਡਾ ਸਾਮੋਨ ਕਲਚਰ ਦੇ ਨਾਲ ਤੁਹਾਡਾ ਜ਼ਿਆਦਾ ਰਿਹਾ ਹੋਣਾ ਸ਼ੁਰੂ ਤੋਂ, ਕਿਉਂਕਿ ਉਸ ਪਰਿਵਾਰ 'ਚ ਜਨਮ ਹੋਇਆ ਸੀ, ਫਿਰ ਤੁਸੀਂ ਇੱਥੇ ਜੰਮੇ ਪਲੇ ਹੋ, ਇੱਥੇ ਦੇ ਸਕੂਲਾਂ 'ਚ ਪੜ੍ਹਾਈ ਕੀਤੀ, ਓਬਵੀਅਸਲੀ ਵੈਸਟਰਨ ਕਲਚਰ ਦੇ ਵਿੱਚ ਤੁਸੀਂ ਰਹੇ ਹੋ, ਕਿਵੇਂ ਸਬੱਬ ਬਣਿਆ ਕਿ ਇੱਕ ਪੰਜਾਬੀ ਦੇ ਨਾਲ ਵਿਆਹ ਕਰਵਾਇਆ ਤੁਸੀਂ? ਹਾਂਜੀ, ਇਹ ਤੇ ਬਹੁਤ ਵੱਡਾ ਸਵਾਲ ਹੈ ਭੈਣ ਜੀ, ਕਈ ਲੋਕ ਪੁੱਛਦੇ ਆ ਮੇਰੇ ਕੋਲੋਂ। ਸਾਮੂਹ ਜਾ ਕੇ ਜਦੋਂ ਪਾਪਾ ਦਾ ਡੈਥ ਹੋ ਗਿਆ, ਜਦੋਂ ਪਾਪਾ ਪੂਰਾ ਹੋ ਗਿਆ, ਫਿਰ ਉੱਥੇ ਮੇਰਾ ਆਪਣਾ ਕੀ ਆਖੀਦਾ ਬੋਰਡਿੰਗ ਸਕੂਲ ਦੇ ਵਿੱਚ। ਅੱਛਾ, ਬੋਰਡਿੰਗ ਸਕੂਲ ਦੇ ਵਿੱਚ ਮੈਂ ਉੱਥੇ ਰਹਿਣ ਲੱਗ ਪਿਆ। ਤੇ ਜਦੋਂ ਵੀਕਐਂਡਸ ਹੁੰਦਾ ਹੈ ਜਾਂ ਇੱਕ ਮਹੀਨਾ ਬਾਅਦ ਜਦੋਂ ਮੇਰੇ ਛੁੱਟੀ ਮਿਲ ਜਾਂਦੀ ਹੈ, ਫਿਰ ਮੈਂ ਆਪਣਾ ਪੇਕੇ ਜਾਈਦਾ। ਅੱਛਾ, ਉੱਥੇ ਜਾ ਕੇ ਨਾਨਕੇ ਦੇ ਕੋਲ, ਫਿਰ ਅਸੀਂ ਸਾਰੇ ਮਾਮੇ ਮਾਸੀਆਂ ਸਭ ਬੱਚੇ ਇਕੱਠੇ ਹੋਏ ਸਨ, ਤੇ ਉਸ ਚੀਜ਼ ਵੀ ਮੈਨੂੰ ਇੰਡੀਆ ਦੇ ਵਿੱਚ ਮਿਲਿਆ। ਅੱਛਾ, ਤੇ ਆਸਟ੍ਰੇਲੀਆ ਫਿਰ ਜਾ ਕੇ ਉੱਥੇ ਮੰਮੀ ਦਾ ਆਪਣਾ ਫਿਰ ਨਵਾਂ ਜ਼ਿੰਦਗੀ ਸ਼ੁਰੂ ਕੀਤੀ, ਆਪਣਾ ਕੰਮ ਕੀਤਾ, ਕਰ ਲਿਆ ਸਭ ਕੁਛ, ਤੇ ਅਸੀਂ ਭੈਣ ਭਰਾ ਫਿਰ ਉੱਥੇ ਮੂਵ ਹੋ ਗਿਆ ਆਸਟ੍ਰੇਲੀਆ ਦੇ ਵਿੱਚ। ਆਸਟ੍ਰੇਲੀਆ ਦੇ ਵਿੱਚ ਫਿਰ ਹੌਲੀ ਹੌਲੀ ਜਿਹੜੀ ਮੇਰੀ ਭੂਆ ਜੀ, ਉਹਨਾਂ ਦਾ ਆਪਣਾ ਮੰਗਣੀ ਹੋ ਗਈ, ਵਿਆਹ ਹੋ ਗਏ, ਤੇ ਉਹ ਵੀ ਪੰਜਾਬੀ ਮੁੰਡਾ ਦੇ ਨਾਲ। ਅੱਛਾ, ਤੇ ਭੂਆ ਜੀ ਦਾ? ਹਾਂਜੀ। ਅੱਛਾ, ਹਾਂਜੀ। ਫਿਰ ਉਸ ਤੋਂ ਬਾਅਦ ਉਹਨਾਂ ਦਾ ਸਖਤ ਦੋਸਤ ਮੇਰਾ ਘਰ ਵਾਲਾ, ਉਹ ਮੈਨੂੰ ਉਹਨਾਂ ਦਾ ਵਿਆਹ ਦੇ ਵਿੱਚ ਮਿਲਿਆ ਸੀ। ਓ ਅੱਛਾ, ਤੇ ਫਿਰ ਤੁਸੀਂ ਕਹਿ ਸਕਦੇ ਹੋ ਕਿ ਸਾਰਾ ਅਰੇਂਜ ਮੈਰਿਜ ਹੋ ਗਿਆ ਸੀ। ਅੱਛਾ, ਵੈਰੀ ਨਾਈਸ। ਆ ਬੜੀ ਦਿਲਚਸਪ ਗੱਲ ਮੈਨੂੰ ਲੱਗੀ ਕਿ ਜਿਹੜਾ ਇਹਨਾਂ ਨੇ ਕਿਹਾ ਕਿ ਸਖਤ ਦੋਸਤ ਸੀ ਉਹਨਾਂ ਦਾ, ਆਈ ਲਵ ਦ ਵਰਡ। ਤੇ ਇਹ ਤੁਸੀਂ ਜਦੋਂ ਤੁਹਾਡਾ ਵਿਆਹ ਹੋ ਗਿਆ ਤੇ ਉਸ ਟਾਈਮ ਤੇ ਫਿਰ ਤੁਸੀਂ ਕਿੰਨਾ ਕੁ ਟਾਈਮ ਲੱਗਿਆ ਤੁਹਾਨੂੰ, ਜਿੱਦਾਂ ਤੁਸੀਂ ਇੰਨੀ ਸੋਹਣੀ ਪੰਜਾਬੀ ਹੁਣ ਬੋਲਣ ਲੱਗ ਪਏ ਹੋ, ਸਮਝਦੇ ਵੀ ਹੋ, ਮੈਂ ਹੁਣ ਪੰਜਾਬੀ 'ਚ ਗੱਲ ਕਰ ਰਹੀ ਹਾਂ, ਕਿੰਨੇ ਕੁ ਸਾਲ ਲੱਗੇ ਸੀ ਤੇ ਤੁਸੀਂ ਜਿੱਦਾਂ ਪੰਜਾਬੀ ਸਿੱਖਣ ਲੱਗ ਗਏ, ਤੇ ਤੁਸੀਂ ਜ਼ਰੂਰਤ ਮਹਿਸੂਸ ਕੀਤੀ ਕਿ ਤੁਹਾਨੂੰ ਪੰਜਾਬੀ ਸਿੱਖਣ ਦੀ ਲੋੜ ਹੈ? ਹਾਂਜੀ, ਲੋੜ ਤਾਂ ਹੈ ਸੀ ਭੈਣ ਜੀ, ਕਿਉਂਕਿ ਜਦੋਂ ਇੰਡੀਆ ਜਾਈਦਾ ਪਹਿਲੀ ਵਾਰ ਜੀ, ਤੇ ਨਾ ਮੈਨੂੰ ਸਮਝ ਲੱਗਦੀ ਕਿ ਸੱਸ ਕੀ ਆਉਂਦੀ ਪਈ ਹੈ ਨਾ ਜੀ, ਤੇ ਫਿਰ ਮੈਂ ਸੋਚਿਆ ਜੇ ਅਸੀਂ ਹਮੇਸ਼ਾ ਹੀ ਰਹਿਣਾ, ਕਿਉਂਕਿ ਮੇਰਾ ਘਰ ਵਾਲਾ ਇੱਕ ਹੀ ਪੁੱਤਰ ਉਹਨਾਂ ਦਾ, ਤਿੰਨ ਭੈਣਾਂ ਵੱਡੇ ਨੇ ਜੀ, ਤੇ ਜੇ ਮੰਮੀ ਡੈਡੀ ਸਾਡੇ ਕੋਲ ਰਹਿਣ ਲੱਗ ਜਾਣਾ ਤੇ ਫਿਰ ਮੈਨੂੰ ਸਿੱਖਣਾ ਪਏਗਾ ਜੀ, ਜਾਂ ਮੰਮੀ ਡੈਡੀ ਇੰਗਲਿਸ਼ ਬੋਲਣਾ ਤੇ ਜਾਂ ਮੈਂ ਪੰਜਾਬੀ ਬੋਲਣਾ। ਫਿਰ ਮੈਨੇ ਆਪਣੇ ਆਪ ਮਨ ਬਣਾਇਆ ਕਿ ਨਹੀਂ, ਮੈਂ ਸਿੱਖਣੀ ਹੈ। ਇੰਡੀਆ ਦੇ ਵਿੱਚ ਮੈਂ ਰਹਿਣ ਲੱਗ ਪਿਆ ਪੂਨੇ 2 ਸਾਲ, ਤੇ ਉਸ ਟਾਈਮ ਦੇ ਵਿੱਚ ਮੈਂ ਇੱਕ ਇੱਕ ਸ਼ਬਦ ਆਪਣਾ ਸਿੱਖਣ ਲੱਗ ਪਿਆ। ਅੱਛਾ, ਐਰਾ ਉਰਾ ਸਾਰਾ ਕੁਛ ਸਿੱਖਿਆ ਨਾ ਬੱਚੇ ਦੇ ਕੋਲ, ਜਦੋਂ ਬੱਚੇ ਸਕੂਲੋਂ ਆਉਂਦੇ ਆ, ਮੈਂ ਫਿਰ ਕਹਿਣ ਲੱਗ ਜਾਂਦੇ ਹੋ ਬੱਚੇ ਇੱਥੇ ਆ ਜਾਓ, ਮੈਨੂੰ ਆਹ ਦੱਸ ਦਿਓ, ਆਹ ਕੀ ਹੈ, ਆਹ ਕੀ ਹੈ, ਫਿਰ ਉਹਨੇ ਸਾਰਾ ਕੁਛ ਦੱਸਿਆ, ਮੈਂ ਆਪਣਾ ਪੁਸਤਕ ਦੇ ਵਿੱਚ ਲਿਖਿਆ। ਅੱਛਾ, ਇਹ ਸਾਰਾ ਤੁਸੀਂ ਜਿੱਦਾਂ 2.5 ਸਾਲ ਉਦੋਂ ਲਗਾਤਾਰ ਪੰਜਾਬ 'ਚ ਰਹੇ, ਪੰਜਾਬੀ ਸਿੱਖੀ, ਤੁਹਾਡਾ ਸਾਡੇ ਵਿਊਜ਼ ਵੀ ਜ਼ਰੂਰ ਜਾਣਨਾ ਚਾਹੁੰਦੇ, ਕਿਉਂਕਿ ਸਾਮੋਅਨ ਕਲਚਰ ਦੇ ਵਿੱਚ ਅਤੇ ਪੰਜਾਬੀ ਕਲਚਰ ਦੇ ਵਿੱਚ ਤੁਹਾਨੂੰ ਕੁਝ ਸਮਾਨਤਾਵਾਂ ਵੀ ਮਿਲੀਆਂ ਹੋਣਗੀਆਂ, ਕੁਝ ਸਿਮਿਲੈਰਿਟੀਜ਼ ਵੀ ਮਿਲੀਆਂ ਹੋਣਗੀਆਂ, ਹਾਂਜੀ, ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ? ਹਾਂਜੀ ਜੀ। ਕੀ ਤੁਹਾਨੂੰ ਉੱਦਾਂ ਦਾ ਹੀ ਲੱਗਿਆ ਕਿ ਇੱਧਰ ਵੀ ਉਹੋ ਜਿਹਾ ਹੀ ਇਸ ਕਲਚਰ 'ਚ ਜੋ ਤੁਹਾਡੇ 'ਚ ਵੀ ਹੈ?
ਬਿਲਕੁਲ ਪ੍ਰੋਪਰ ਹੈ, ਬਿਲਕੁਲ ਪ੍ਰੋਪਰ ਹੈ ਭੈਣ ਜੀ। ਇਨ ਦ ਸੈਂਸ ਕਿ ਸਾਮੋਆ ਦੇ ਵਿੱਚ ਜਦੋਂ ਮੈਂ ਪਹਿਲਾਂ ਕਿਹਾ ਸੀ ਤੁਹਾਨੂੰ ਕਿ ਨਾਨਕੇ ਹੈ ਨਾ, ਨਾਨਕੇ ਹੈ ਸਾਨੂੰ ਉੱਥੇ, ਤੇ ਉਸੇ ਚੀਜ਼ ਵੀ ਮੈਨੂੰ ਮਿਲਿਆ ਇੰਡੀਆ ਦੇ ਵਿੱਚ। ਜਦੋਂ ਛੁੱਟੀਆਂ ਹੋ ਜਾਂਦੇ ਹੋ ਬੱਚਿਆਂ ਨੂੰ, ਮੇਰੀ ਨਨਾਣ ਦਾ ਬੱਚੇ ਉਹ ਸਾਡੇ ਕੋਲ ਆ ਜਾਂਦੇ ਹੋ, ਫਿਰ ਉਹੀ ਗੱਲ ਮਿਲ ਗਿਆ ਨਾ ਮੈਨੂੰ। ਫਿਰ ਜੋ ਉਹਨੇ ਲੈਣਾ, ਮਾਮੀ ਜੀ ਮੈਨੂੰ ਜੀਜੀ ਲਿਆ ਦੇ, ਮੈਨੂੰ ਆ ਲਿਆ ਦੇ, ਮੈਨੂੰ ਸੂਟ ਚਾਹੀਦਾ, ਮੈਨੂੰ ਬੁੱਕ ਚਾਹੀਦਾ। ਤੇ ਜਦੋਂ ਸਾਮੋ ਦੇ ਵਿੱਚ ਸਨ ਮੈਂ, ਉਹੀ ਚੀਜ਼ ਵੀ ਨਾਨੀ ਕਰਦੀ ਸੀ ਕੀ ਚਾਹੀਦਾ ਤੁਹਾਨੂੰ ਸਕੂਲ ਜਾਣ ਤੋਂ ਪਹਿਲਾਂ, ਬੋਰਡਿੰਗ ਸਕੂਲ ਜਾਣ ਤੋਂ ਪਹਿਲਾਂ ਤੁਸੀਂ ਕੁਛ ਲੈ ਕੇ ਜਾਓ ਮੇਰੇ ਕੋਲੋਂ। ਤੇ ਉਹੀ ਚੀਜ਼ ਵੀ ਮੈਨੂੰ ਇੰਡੀਆ ਦੇ ਵਿੱਚ ਮਿਲਿਆ। ਹਰ ਫੰਕਸ਼ਨ ਅਸੀਂ ਇਕੱਠੇ ਜਾਂਦੇ ਹੋ, ਹਾਂਜੀ, ਗੱਡੀਆਂ ਪਾਰ ਪਾਰ ਕੇ ਬੱਚਿਆਂ ਨਾਲ, ਹੈ ਨਾ, ਉਹੀ ਚੀਜ਼ ਵੀ ਮੈਨੂੰ ਮਿਲਿਆ। ਸਾਰਾ ਕੁਛ ਵੀ ਦੁੱਧ ਵੀ ਕਿਆਰਾ ਫਾਰਮ ਦੇ ਉੱਤੇ ਲੈਂਦੇ ਹੋ, ਅਸੀਂ ਵੀ ਸਾਮੋ ਦੇ ਵਿੱਚ ਵੀ ਇਹੀ ਸਨ। ਹਾਂਜੀ, ਕਿਆ ਬਾਤ। ਸੋ ਵਾਕਈ ਇਹ ਜੇਕਰ ਅਸੀਂ ਝਾਕ ਕੇ ਦੇਖੀਏ ਤੇ ਕਲਚਰ ਸਾਰੇ ਜਿਹੜੇ ਨੇ ਸਾਡੇ ਅਕਸਰ ਨੂੰ ਸਾਡੇ ਜਿਹੜੇ ਪਰਿਵਾਰ ਨੇ, ਪਰਿਵਾਰਾਂ ਦੀਆਂ ਸਾਂਝਾਂ ਕਹਿੰਦੇ ਹੁੰਦੇ ਨੇ, ਜਿੰਨਾ ਜਿੰਨਾ ਖੂਨ ਤੇ ਓਨਾ ਓਨਾ ਸਾਡੀ ਸਾਂਝ ਹੋ ਜਾਂਦੀ ਹੈ ਅੱਗੋਂ। ਸੋ ਇਹ ਸਾਰੇ ਕਲਚਰਸ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਵਧੀਆ ਨੇ। ਸੋ ਐਸੇ ਤੁਸੀਂ ਪੰਜਾਬੀਅਤ ਨੂੰ ਜਦੋਂ ਅਪਣਾ ਲਿਆ, ਹੁਣ ਤੁਹਾਡਾ ਬੱਚਾ ਵੀ ਪੰਜਾਬੀ ਕਮਿਊਨਿਟੀ ਦੇ ਵਿੱਚ ਵਿਚਰਦਾ, ਤੁਸੀਂ ਵੀ ਕਾਫੀ ਜ਼ਿਆਦਾ ਵਿਚਰਦੇ ਹੋ, ਇਸ ਸਭ ਦੇ ਦੌਰਾਨ ਤੁਸੀਂ ਜਦੋਂ ਤੁਹਾਡੇ ਬੱਚੇ ਦਾ ਜਨਮ ਹੋਇਆ, ਸੋ ਬੱਚਾ ਪੰਜਾਬੀ ਵੀ ਬੋਲਦਾ ਹੈ, ਇੰਗਲਿਸ਼ ਵੀ ਬੋਲਦਾ ਹੈ ਤੇ ਸਾਮਨ ਵੀ ਬੋਲਦਾ ਹੈ। ਹਾਂਜੀ। ਸੋ ਬੱਚੇ ਨੂੰ ਤਿੰਨ ਲੈਂਗੁਏਜਸ ਆਉਂਦੀਆਂ ਨੇ ਇੱਕ ਤਰ੍ਹਾਂ ਦੇ ਨਾਲ ਜੀ। ਹੁਣ ਬੱਚਾ ਪ੍ਰੋਪਰ ਪੰਜਾਬੀ ਬੋਲ ਲੈਂਦਾ ਹੈ ਤੁਹਾਡਾ, ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦਾ ਪੰਜਾਬੀ ਠੇਠ ਪੰਜਾਬੀ? ਅੱਛਾ, ਹਾਂਜੀ, ਉਹ ਮੇਰੇ ਨਾਲੋਂ ਜ਼ਿਆਦਾ ਸਹੀ ਪੰਜਾਬੀ ਬੋਲਦਾ। ਅੱਛਾ, ਤੁਸੀਂ ਵੀ ਬਹੁਤ ਸਹੀ ਪੰਜਾਬੀ ਬੋਲਦੇ ਹੋ। ਮੈਂ ਤੇ ਕਈ ਵਾਰੀ ਉਹ ਈ ਤੇ ਆ ਮਿਕਸ ਕਰੀ ਜਾਂਦੇ ਹੋ, ਹੈ ਨਾ, ਤੇ ਉਹਨੂੰ ਸਾਰਾ ਪਤਾ ਹੈ। ਅੱਛਾ, ਫੂਡ ਦੀਆਂ ਵੈਸੇ ਕਾਫੀ, ਜਿੱਦਾਂ ਪੰਜਾਬੀ ਫੂਡ ਥੋੜਾ ਡਿਫਰੈਂਟ ਹੁੰਦਾ, ਸਾਮਨ ਫੂਡ ਥੋੜਾ ਡਿਫਰੈਂਟ ਹੁੰਦਾ, ਤੁਸੀਂ ਖਾਣ ਦੇ ਵਿੱਚ ਤੁਹਾਨੂੰ ਪੰਜਾਬੀ ਫੂਡ ਦੇ ਵਿੱਚ ਕੀ ਚੰਗਾ ਲੱਗਦਾ? ਪੰਜਾਬੀ ਖਾਣਾ ਮੈਨੂੰ ਉਹ ਚੰਗਾ ਲੱਗਦਾ ਹੈ, ਆਲੂ ਮੇਥੀ। ਅੱਛਾ, ਆਲੂ ਮੇਥੀ ਤੇ ਮਕਾਈ ਦੀ ਰੋਟੀ ਉਹਦੇ ਨਾਲ। ਅੱਛਾ, ਮੱਕੀ ਦੀ ਰੋਟੀ ਬਣਾ ਲੈਂਦੇ ਤੁਸੀਂ ਆਪਕੇ, ਤੁਹਾਡੇ ਮਦਰ-ਇਨ-ਲਾਅ ਬਣਾਉਂਦੇ ਨੇ, ਸੱਸ ਬਣਾਉਂਦੀ ਹੈ? ਸੱਸ ਬਣਾਉਂਦੀ ਹੈ। ਅੱਛਾ, ਹਾਂਜੀ, ਠੀਕ, ਮੈਨੂੰ ਵੀ ਆਉਂਦੀ ਹੈ, ਪਰ ਇੰਨਾ ਨਹੀਂ ਵੱਡੀਆ ਸ਼ੇਪ ਹੁੰਦਾ ਜਿਵੇਂ ਮੰਮੀ ਕਰਦੀ ਹੈ ਨਾ, ਗੋਲ ਗੋਲ। ਅੱਛਾ, ਰੋਟੀ ਤੇ ਗੋਲ ਗੋਲ ਕਰ ਸਕਦੇ ਹੋ, ਪਰ ਮਕਾਈ ਦੀ ਰੋਟੀ ਉਹ ਤੇ ਔਖਾ ਹੈ। ਕਿੰਨਾ ਕੁ ਤੁਹਾਨੂੰ ਔਖਾ ਲੱਗਾ ਸੀ ਇਹ ਦੂਜੇ ਕਲਚਰ ਨੂੰ ਅਪਣਾਉਣਾ, ਕਿਉਂਕਿ ਖਾਣਾ ਵੀ ਵੱਖਰਾ ਬਣਦਾ ਹੈ? ਹਾਂਜੀ, ਤੁਸੀਂ ਇੱਕ ਤਰ੍ਹਾਂ ਦੇ ਨਾਲ ਪਰਿਵਾਰਾਂ ਦੇ ਵਿੱਚ, ਤੁਸੀਂ ਪੰਜਾਬ 'ਚ ਰਹੇ ਹੋ, ਤੁਹਾਡਾ ਡਰੈਸ ਅਪ ਕਰਨ ਦਾ ਢੰਗ ਵੀ ਥੋੜ੍ਹਾ ਅਲੱਗ ਹੋ ਜਾਂਦਾ ਹੈ ਉੱਥੇ ਜਦੋਂ ਅਸੀਂ ਰਹਿੰਦੇ ਹਾਂ। ਕਿੰਨੇ ਕੁ ਚੈਲੰਜਸ ਆਏ ਤੁਹਾਨੂੰ, ਤੁਹਾਡੇ ਪਰਿਵਾਰ ਨੇ ਤੁਹਾਨੂੰ ਹੱਸ ਕੇ ਐਕਸੈਪਟ ਕਰ ਲਿਆ ਸੀ ਕਿ ਤੁਹਾਨੂੰ ਥੋੜ੍ਹਾ ਔਖਾ ਹੋਣਾ ਪਿਆ ਜਿੱਦਾਂ ਇਹਨਾਂ 'ਚ ਮਿਕਸ ਹੋਣ ਲਈ? ਮੈਂ ਤੇ ਸੱਚੀ ਗੱਲ ਦੱਸਾਂ ਭੈਣ ਜੀ, ਮੈਨੂੰ ਬਿਲਕੁਲ ਔਖਾ ਨਹੀਂ ਸੀ ਲੱਗਾ ਐਕਸੈਪਟ ਆਪਣਾ ਕੀ ਅਖੀਦਾ। ਜਦੋਂ ਮੇਰਾ ਘਰ ਵਾਲਾ ਮੇਰੇ ਫੈਮਿਲੀ ਦੇ ਵਿੱਚ ਆਏ ਸਨ, ਹੁਣ ਮੈਂ ਤੁਹਾਨੂੰ ਦੱਸਿਆ ਸੀ ਮੇਰੇ ਭੂਆ ਜੀ ਫੁੱਫੜ ਜੀ ਦੇ ਨਾਲ ਆਪਣਾ ਇਕੱਠੇ ਹੋ ਗਿਆ ਸਨ, ਤੇ ਉਸ ਤੋਂ ਬਾਅਦ ਮੇਰਾ ਘਰ ਵਾਲਾ ਉਹਨੇ ਇੰਟਰੋਡਿਊਸ ਕੀਤਾ ਮੇਰੇ ਨਾਲ। ਅੱਛਾ, ਤੇ ਮੈਂ ਤਾਂ ਸ਼ੁਕਰ ਕੀਤਾ, ਨਹੀਂ ਤਾਂ ਮੈਂ ਫਸ ਜਾਣਾ ਸੀ ਨਾ। ਭੂਆ ਜੀ ਨੇ ਸਾਰੇ ਮੇਰੀ ਗੱਲ ਕੀਤੀ ਹੈ ਤੇ ਤਾਂ ਹੀ ਸਾਡੇ ਜੋੜਾ ਹੋ ਗਈ ਸੀ। ਤੇ ਇੰਡੀਆ ਦੇ ਵਿੱਚ ਜਾ ਕੇ ਮੈਂ ਤੇ ਖੁਸ਼ ਹੋ ਗਈ ਹੈ ਕਿ 6 ਮਹੀਨਿਆਂ ਪਹਿਲਾਂ ਮੰਮੀ ਡੈਡੀ ਮੇਰੇ ਨਾਲ ਗੱਲ ਕੀਤੀ ਹੈ ਟੁੱਟੀ ਫੁੱਟੀ ਪੰਜਾਬੀ ਫੋਨ ਦੇ ਵਿੱਚ। ਪਰ ਜਦੋਂ ਇੰਡੀਆ ਅੱਪਰ ਗਏ ਸਨ ਅਸੀਂ, ਸਾਰਾ ਕੁਛ ਮਤਲਬ ਸਾਰੇ ਨੇ ਪਿਆਰ ਕੀਤਾ ਮੇਰੇ ਨਾਲ, ਮੈਨੂੰ ਕਦੀ ਫੀਲ ਨਹੀਂ ਹੋਇਆ ਕਿ ਉਹਨੇ ਮੇਰੇ ਨਾਲ ਪਿਆਰ ਨਹੀਂ ਕਰਦੇ। ਬਸ ਇੱਕ ਹੀ ਆ ਚੈਲੰਜ ਮੈਂ ਕਹਿ ਸਕਦੇ ਹੋ ਕਿ ਆਪਣਾ ਭਾਸ਼ਾ, ਜਦੋਂ ਇੰਡੀਆ ਚਾਹੀਦਾ ਮੈਨੂੰ ਸਮਝ ਨਹੀਂ ਸੀ ਲੱਗਦੀ ਪਈ, ਬਸ ਮੈਨੂੰ ਦੋ ਗੱਲਾਂ ਹੁੰਦੀ ਸੀ ਕਿ ਸਤਿ ਸ਼੍ਰੀ ਅਕਾਲ ਤੇ ਚਾਹ, ਕੋਈ ਚੱਕਰ ਨੇ ਉਸ ਟਾਈਮ ਤੇ। ਉਸ ਟਾਈਮ ਤੇ ਹਾਂਜੀ, ਠੀਕ ਠੀਕ। ਅੱਛਾ, ਇਹ ਮੈਂ ਮੰਨਦੀ ਹਾਂ ਕਿ ਭਾਸ਼ਾ ਦਾ ਵਾਕਈ ਬੜੀ ਵੱਡੀ ਪ੍ਰੋਬਲਮ ਹੁੰਦੀ ਜਦੋਂ ਤੱਕ ਤੁਸੀਂ ਅਗਲੇ ਨੂੰ ਸਮਝ ਨਹੀਂ ਸਕਦੇ ਨਾ। ਹਾਂਜੀ, ਪਰ ਫਿਰ ਵੀ ਤੁਸੀਂ ਜਿਵੇਂ ਦੱਸਿਆ ਕਿ ਇੱਕ ਬੜੀ ਪੋਜ਼ਿਟਿਵ ਵਾਈਬ ਰਹੀ ਪਰਿਵਾਰ ਨੇ ਤੁਹਾਨੂੰ ਜੀ ਆਇਆਂ ਆਖਿਆ। ਹਾਂਜੀ, ਫਿਰ ਜਦੋਂ ਤੁਸੀਂ ਖਾਣਾ ਵਗੈਰਾ ਬਣਾਉਂਦੇ ਸੀਗੇ, ਰੋਟੀਆਂ ਬਣਾਉਣੀਆਂ, ਕਿੰਨਾ ਕੁ ਟਾਈਮ ਲੱਗਿਆ ਸੀ ਸਿੱਖਦਿਆਂ? 6 ਤੋਂ ਕਮ ਸੇ ਕਮ 10 ਮਹੀਨੇ ਲੱਗਾ ਮੈਨੂੰ, ਕਿਉਂਕਿ ਹੋਸਟਲ ਦੇ ਵਿੱਚ ਮੇਰੇ ਬਚਪਨ ਮੈਂ ਕਦੀ ਰੋਟੀ ਨਹੀਂ ਬਣਾਈ, ਮੈਂ ਕਦੀ ਖਾਣਾ ਨਹੀਂ ਬਣਾਈ, ਮੰਮੀ ਡੈਡੀ ਨੇ ਸਾਰਾ ਕੁਛ
ਸਾਰੇ ਵਾਸਤੇ ਆਪਣਾ ਸਟੱਡੀ ਵਾਸਤੇ ਲਈ ਕੀਤੀ ਠੀਕ ਤੇ ਜਦੋਂ ਸਹੁਰੇ ਚਾਹੀਦਾ ਫਿਰ ਮੈਨੂੰ ਸਾਰਾ ਕੁਛ ਸਿੱਖਣਾ ਪਿਆ ਅੱਛਾ ਉਹ ਮੈਨੂੰ ਔਖਾ ਲੱਗਾ ਪਰ ਵਧੀਆ ਲੱਗਾ ਕਿਉਂਕਿ ਹੁਣ ਮੈਂ ਮਤਲਬ ਆਪਣਾ ਫੈਮਿਲੀ ਬਣਾ ਲਿਆ ਇੱਥੇ ਤੇ ਖਾਣਾ ਤੇ ਹੋਣਾ ਚਾਹੀਦਾ ਨਾ ਜੀ ਬਿਲਕੁਲ ਹਾਂਜੀ ਸਹੀ ਬਹੁਤ ਵਧੀਆ ਬਹੁਤ ਇੰਸਪੀਰੇਸ਼ਨ ਮਿਲਦੀ ਹੈ ਤੁਹਾਨੂੰ ਦੇਖ ਕੇ ਹਮੇਸ਼ਾ ਜਦੋਂ ਤੁਹਾਡੇ ਨਾਲ ਗੱਲ ਕਰਦੇ ਆ ਨਾ ਬੜੇ ਇੱਕ ਚੰਗਾ ਲੱਗਦਾ ਤੇ ਬੜੀ ਇੰਸਪੀਰੇਸ਼ਨ ਜੀ ਮਿਲਦੀ ਹੈ ਬੜੀ ਇੱਕ ਪੋਜ਼ਿਟਿਵ ਵਾਈਬ ਆਉਂਦੀ ਹੈ ਕਿ ਸਾਡੇ ਕਲਚਰ ਦੇ ਵਿੱਚ ਬਹੁਤ ਕੁਛ ਹੈ ਤੇ ਬਹੁਤ ਸਾਰੀਆਂ ਸਮਾਨਤਾਵਾਂ ਬਾਕੀ ਕਲਚਰਸ ਦੇ ਨਾਲ ਵੀ ਹੈ ਜਿੰਨਾ ਖੁੱਲੇ ਦਿਲ ਦੇ ਨਾਲ ਅਸੀਂ ਜੀਆਂ ਨੂੰ ਬਾਕੀ ਕਲਚਰਸ ਨੂੰ ਆਖਦੇ ਹਾਂ ਬਾਕੀ ਕਲਚਰ ਵੀ ਉਸੇ ਤਰ੍ਹਾਂ ਖੁੱਲੇ ਤਰੀਕੇ ਦੇ ਨਾਲ ਸਾਨੂੰ ਜੀਆਂ ਨੂੰ ਆਖਦੇ ਨੇ ਐਂਡ ਤੁਸੀਂ ਕਮਿਊਨਿਟੀ ਦੇ ਵਿੱਚ ਕਾਫੀ ਕੰਮ ਕਰਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬੀਆਂ ਨੂੰ ਪੰਜਾਬੀ ਕਲਚਰ ਦੇ ਵਿੱਚ ਸਾਨੂੰ ਸਾਡੀ ਕਮਿਊਨਿਟੀ ਦੀ ਭਾਈਚਾਰੇ ਦੀ ਜੇਕਰ ਗੱਲ ਕਰੀਏ ਤੇ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਸਾਨੂੰ ਇੰਪਰੂਵ ਕਰਨ ਦੀ ਲੋੜ ਹੈ ਕਿਹੜੇ ਕਿਹੜੇ ਇਸ਼ੂ ਨੇ ਤੁਹਾਡੀ ਸਮਝ ਦੇ ਮੁਤਾਬਕ ਹਾਂਜੀ ਇਹ ਵਧੀਆ ਸਵਾਲ ਹੈ ਅਗਰ ਮੈਂ ਮਤਲਬ ਸਹੀ ਗੱਲ ਕਹਿ ਸਕਦੇ ਹੋ ਇੰਡੀਆ ਦੇ ਵਿੱਚ ਜਦੋਂ ਜਾਈਦਾ ਉੱਥੇ ਕੁੜੀਆਂ ਸੋਹਣੀਆਂ ਸੋਹਣੀਆਂ ਨੇ ਹੈ ਨਾ ਪੜ੍ਹੀ ਵੀ ਲਿਖੀ ਵੀ ਹੈ ਲੇਕਿਨ ਇੱਕ ਮੈਨੂੰ ਜੇ ਮੈਂ ਕਹਿ ਸਕਦੇ ਹੋ ਨਾ ਸਹੀ ਦੇ ਨਾਲ ਕੁੜੀਆਂ PhD ਵੀ ਕਰਦੇ ਹੋ ਜੀ ਲੇਕਿਨ ਵਿਆਹ ਤੋਂ ਬਾਅਦ ਸੋਈ ਦੇ ਵਿੱਚ ਕੰਮ ਕਰਦੇ ਆ ਜੀ ਉਹ ਚੀਜ਼ ਮੈਨੂੰ ਥੋੜਾ ਜਿਹਾ ਔਖਾ ਲੱਗਦਾ ਕਿਉਂਕਿ ਅਗਰ ਮਾਂ ਬਾਪ ਨੇ ਆਪਣਾ ਕੁੜੀ ਵਾਸਤੇ ਨੇ ਵਧੀਆ ਜ਼ਿੰਦਗੀ ਬਣਾਇਆ ਹੈ ਨਾ ਤੇ ਜਦੋਂ ਉਹਨਾਂ ਦਾ ਵਿਆਹ ਹੋ ਗਿਆ ਤੇ ਤੁਸੀਂ ਸਮਝ ਸਕਦੇ ਹੋ ਕਿ ਉਹ ਕੁੜੀ ਦਾ ਉਹ ਮਾਂ ਪਿਓ ਦਾ ਕੋਈ ਨਹੀਂ ਉਸ ਤੋਂ ਬਾਅਦ ਉਹ ਸਹੁਰੇ ਦੇ ਕੋਲ ਜਾਈਦਾ ਤੇ ਉਸ ਤੋਂ ਬਾਅਦ ਉਹ ਸਹੁਰੇ ਦਾ ਤੇ ਮੈਂ ਉਹ ਸੋਚਣਾ ਹੈ ਕਿ ਜਦੋਂ ਮੰਮੀ ਡੈਡੀ ਮੈਨੂੰ ਰੱਖ ਲਿਆ ਆਪਣਾ ਫੈਮਿਲੀ ਦੇ ਵਿੱਚ ਉਹਨੇ ਕਦੀ ਵੀ ਨਹੀਂ ਸੀ ਕਿਹਾ ਮੈਨੂੰ ਕਿ ਤੁਸੀਂ ਸੋਈ ਦੇ ਵਿੱਚ ਕੰਮ ਕਰ ਲਓ ਮੈਂ ਬਸ ਸ਼ੁਕਰੀਆ ਪਰਮਾਤਮਾ ਕੋਲੋਂ ਕਿ ਵਧੀਆ ਸਹੁਰੇ ਮੈਨੂੰ ਮਿਲ ਗਿਆ ਹੈ ਕਿ ਮੈਂ ਆਪਣਾ ਖਵਾਹਿਸ਼ ਆਪਣਾ ਗੋਲਸ ਆਪਣਾ ਜੋ ਵੀ ਮੇਰਾ ਮਾਨ ਕਰਦਾ ਉਹ ਕਦੀ ਵੀ ਨਹੀਂ ਤੱਕਦਾ ਮੈਨੂੰ ਅੱਜ ਕੱਲ ਬਹੁਤ ਵਧੀਆ ਹੋ ਗਿਆ ਕਿ ਹੁਣ ਆਪਾਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਰਹਿਣ ਲੱਗ ਪਿਆ ਤੇ ਲੋਕੀ ਇੰਪਰੂਵ ਹੋ ਗਿਆ ਲੇਕਿਨ ਫਿਰ ਵੀ ਉਹ ਚੀਜ਼ਾਂ ਵਿੰਦੇ ਰਹਿੰਦੇ ਹੋ ਕਦੀ ਕਦੀ ਫਿਰ ਮੈਨੂੰ ਥੋੜਾ ਜਿਹਾ ਖਿਝ ਆ ਜਾਂਦੇ ਹੋ ਕਿ ਕੁੜੀਆਂ ਨੂੰ ਕਿਉਂ ਨਹੀਂ ਆਪਾਂ ਵਧੀਆ ਅੱਗੇ ਕਰ ਸਕਦੇ ਹੋ ਤੁਸੀਂ ਮਹਿਸੂਸ ਕਰਦੇ ਹੋ ਕਿ ਕੁੜੀਆਂ ਨੂੰ ਪੰਜਾਬੀ ਜਿਹੜੇ ਨੇ ਆਪਣੀ ਕਮਿਊਨਿਟੀ ਦੇ ਵਿੱਚ ਕਿ ਜ਼ਿਆਦਾ ਉਸ ਤਰੀਕੇ ਨਾਲ ਨਹੀਂ ਟ੍ਰੀਟ ਕਰਦੇ ਜਿਵੇਂ ਮੁੰਡਿਆਂ ਨੂੰ ਕਰਦੇ ਹਾਂਜੀ ਅੱਗੇ ਇੰਪਰੂਵ ਹੋ ਗਈ ਹੈ ਲੇਕਿਨ ਹੋਰ ਕਰ ਸਕਦੇ ਹੋ ਆਪਾਂ ਹੋਰ ਕਰਨ ਦੀ ਲੋੜ ਹਾਂਜੀ ਹੋਰ ਕਰਨ ਦੀ ਲੋੜ ਵਾਕਈ ਅਸੀਂ ਕੁੜੀਆਂ ਨੂੰ ਜੇਕਰ ਆਜ਼ਾਦੀ ਦੇਣੀ ਹੈ ਤੇ ਉਹ ਸਿਰਫ ਕਾਗਜ਼ੀ ਪੱਤਰੀ ਨਾ ਹੋਵੇ ਅਸੀਂ ਉਸ ਮੁਲਕ ਦੇ ਵਿੱਚ ਰਹਿੰਦੇ ਹਾਂ ਜਿੱਥੇ ਔਰਤ ਨੂੰ ਪੂਰੀ ਆਜ਼ਾਦੀ ਹੈ ਅਸੀਂ ਵੋਟ ਪਾਉਣ ਦਾ ਹੱਕ ਨਿਊਜ਼ੀਲੈਂਡ ਦੇ ਵਿੱਚ ਇਤਿਹਾਸ ਦੱਸਦਾ ਕਿ ਪਹਿਲੀ ਵਾਰੀ ਔਰਤਾਂ ਨੇ ਵੋਟ ਪਾਈ ਸੀ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਸਾਨੂੰ ਆਪਣੇ ਬਿਹੇਵੀਅਰ ਦੇ ਵਿੱਚ ਲਿਆਉਣੀਆਂ ਪੈਣਗੀਆਂ ਸਾਡੇ ਜਿਹੜੇ ਆਮ ਵਰਤਾਰੇ ਨੇ ਉਹਨਾਂ ਦੇ ਵਿੱਚੋਂ ਇਹਨਾਂ ਚੀਜ਼ਾਂ ਦੀ ਝਲਕ ਪੈਣੀ ਚਾਹੀਦੀ ਹੈ ਮੁੰਡਿਆਂ ਨੂੰ ਕੁੜੀਆਂ ਨੂੰ ਇੱਕਦਮ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਅਸੀਂ ਪਿੱਛੇ ਜੇ ਮਨਦੀਪ ਭੈਣ ਜੀ ਦੀ ਮੈਂਟਰੂ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਬੱਚੇ ਪਾਲੀਏ ਕੁੜੀਆਂ ਮੁੰਡੇ ਨਾ ਪਾਲੀਏ ਮੇਰੇ ਖਿਆਲ ਹੈ ਕਿ ਉੱਥੇ ਜਾ ਕੇ ਫਰਕ ਮਿਟਣਾ ਐਂਡ ਤੁਹਾਡੀ ਸੋ ਫਾਰ ਜਿਵੇਂ ਤੁਸੀਂ ਜਦੋਂ ਦਾ ਵਿਆਹ ਕਰਵਾਇਆ ਇਹ ਪੰਜਾਬੀ ਕਲਚਰ ਦੇ ਵਿੱਚ ਤੁਹਾਡੀ ਬਿਊਟੀਫੁਲ ਮੈਮਰੀ ਕੀ ਰਹੀ ਹੈ ਭਾਵੇਂ ਨਿਊਜ਼ੀਲੈਂਡ ਭਾਵੇਂ ਪੰਜਾਬ ਜਿੱਥੇ ਵੀ ਤੁਸੀਂ ਰਹੇ ਹੋ ਹਾਂਜੀ ਜੀ ਬਿਊਟੀਫੁਲ ਮੈਮਰੀ ਸਭ ਤੋਂ ਪਹਿਲਾਂ ਜਦੋਂ ਮੈਂ ਉੱਠਦੇ ਉੱਤੇ ਬੈਠਾ ਅੱਛਾ ਉੱਠਦੇ ਤੇ ਉਹ ਚੀਜ਼ ਮੈਂ ਕਦੀ ਸੋਚਿਆ ਵੀ ਨਹੀਂ ਜ਼ਿੰਦਗੀ ਦੇ ਵਿੱਚ ਕਿ ਮੈਂ ਪੈਣਾ ਅੱਛਾ ਹਾਂਜੀ ਮੈਂ ਕਦੀ ਵੇਖਿਆ ਨਹੀਂ ਅੱਛਾ ਅੱਖਾਂ ਦੇ ਨਾਲ ਤੇ ਜਦੋਂ ਪਹਿਲੀ ਵਾਰ ਅੱਖਾਂ ਨਾਲ ਵੇਖਣ ਲੱਗ ਪਿਆ ਤੇ ਉਸ ਤੋਂ ਬਾਅਦ ਪਾਈ ਨੇ ਕਿਹਾ ਤੁਸੀਂ ਪਹਿਣਾ ਮੈਂ ਕਿਹਾ ਮੈਂ ਕਿਵੇਂ ਪਹਿ ਸਕਦੀ ਹਾਂ ਮੈਂ ਤੇ ਕਾਫੀ ਵੱਡਾ ਜਨਾਨੀ ਆ ਕਹਿੰਦਾ ਨਹੀਂ ਨਹੀਂ ਭੈਣ ਜੀ ਤੁਸੀਂ ਕਰ ਸਕਦੇ ਹੋ ਅੱਛਾ ਉਹਨੇ ਵਿਚਾਰਾ ਪੌੜੀਆਂ ਬਣਾ ਲਿਆ ਮੇਰੇ ਵਾਸਤੇ ਤੇ ਮੈਂ ਉਹਦੇ ਉੱਤੇ ਚੜ ਗਿਆ ਤੇ ਉੱਠਦੇ ਉੱਪਰ ਹਾਂਜੀ ਉਹ ਝੂਟਾ ਵੀ ਲਿਆ ਜਾ ਵੈਸੇ ਬੈਠ ਕੇ ਉਤਰ ਗਏ ਜਲਦੀ ਝੂਟਾ ਦਿੱਤਾ ਉਹਨੇ ਥੋੜੀ ਦੇਰ ਉਹਨੇ ਥੱਲੇ ਬੈਠਾ ਅੱਛਾ ਫਿਰ ਮੈਂ ਥੱਲੇ ਉਤਰ ਗਿਆ ਹਾਂਜੀ ਠੀਕ ਤੇ ਇਹ ਇਸ ਦੇ ਨਾਲ ਨਾਲ ਤੁਹਾਨੂੰ ਉਂਝ ਪੈਟਸ ਵਗੈਰਾ ਰੱਖਣੇ ਚੰਗੇ ਲੱਗਦੇ ਨੇ ਕਿ ਫੈਮਿਲੀ ਨਾਲ ਟਾਈਮ ਸਪੈਂਡ ਕਰਨੇ ਚੰਗਾ ਲੱਗਦਾ ਖਾਸ ਮੈਂ ਪੈਟਸ ਰੱਖ ਸਕਦੇ ਹੋ ਲੇਕਿਨ ਮੇਰਾ ਟਾਈਮ ਨਹੀਂ ਹੈ ਕਮੀ ਹੈ ਜੇ ਟਾਈਮ ਹੈਗੇ ਤੇ ਮੈਂ ਕਰ ਸਕਦੇ ਹੋ ਲੇਕਿਨ ਸਾਡੇ ਕੋਲ ਕਰਕੋਸ਼ ਹੈਗੇ ਨੇ ਅੱਛਾ ਹਾਂਜੀ ਇੱਥੇ ਰੱਖੇ ਹੋਏ ਨੇ ਤੁਸੀਂ ਹਾਂਜੀ ਓ ਨਾਈਸ
ਹੋਰ ਕੀ ਕੀ ਤੁਹਾਡੀਆਂ ਹੌਬੀਜ਼ ਨੇ ਵਿਹਲੇ ਵੇਲੇ ਦੇ ਵਿੱਚ ਕੀ ਕੀ ਕਰਦੇ ਹੋ ਸਭ ਤੋਂ ਪਹਿਲਾਂ ਟਾਈਮ ਸਪੈਂਡ ਕਰਨਾ ਮੇਰਾ ਹਸਬੰਡ ਨਾਲ ਦੇ ਬੱਚਾ ਨਾਲ ਕਿਉਂਕਿ ਉਹ ਚੀਜ਼ ਮੈਨੂੰ ਮਿਲਦਾ ਕੋ ਨਹੀਂ ਜੀ ਹੈ ਨਾ ਉਹ ਟਾਈਮ ਤੇ ਤੇ ਦੂਜੀ ਵਾਰ ਬਸ ਕਰ ਰਹਿਣਾ ਤੇ ਵੱਡੀਆਂ ਮੂਵੀ ਵੇਖ ਲਈਏ ਅੱਛਾ ਐਂਡ ਦ ਮੂਵੀਜ਼ ਦੈਟ ਆਈ ਵਾਚ ਇਜ਼ ਪੰਜਾਬ ਅੱਛਾ ਪ੍ਰਾਨੀਆ ਡਾਕੂਮੈਂਟਰੀਜ਼ ਅੱਛਾ ਸਾਮੋ ਦੇ ਵਿੱਚ ਕਿਵੇਂ ਹੋਏ ਸਨ ਉਦੋਂ ਉਹ ਚੀਜ਼ਾਂ ਮੈਨੂੰ ਵਧੀਆ ਲੱਗਦਾ ਵੈਰੀ ਨਾਈਸ ਸੋ ਬੜੀਆਂ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਵਜ਼ਨਦਾਰ ਨੇ ਮੈਂ ਕਹਾਂਗੀ ਐਨ ਅਸੀਂ ਹੁਣ ਆਪਣੀ ਜਿਹੜੀ ਗੱਲਬਾਤ ਹੈ ਉਸ ਨੂੰ ਅਖੀਰਲੇ ਪੜਾਅ ਤੱਕ ਲੈ ਕੇ ਆ ਗਏ ਹਾਂ ਹੁਣ ਇਸ ਤੋਂ ਪਹਿਲਾਂ ਕਿ ਮੈਂ ਕਹਾਂ ਤੁਹਾਨੂੰ ਕਿ ਸੰਦੇਸ਼ ਕੋਈ ਸਾਡੇ ਨਾਲ ਜੇਕਰ ਤੁਸੀਂ ਸਾਡੇ ਵਿਊਅਰਸ ਲਈ ਛੱਡਣਾ ਚਾਹੁੰਦੇ ਹੋ ਕੋਈ ਮੈਸੇਜ ਦੇਣਾ ਚਾਹੁੰਦੇ ਆ ਮੈਂ ਚਾਹਾਂਗੀ ਮੈਂ ਤੁਹਾਨੂੰ ਦੇਖਿਆ ਇੱਕ ਦੋ ਜਗ੍ਹਾ ਤੁਸੀਂ ਬੋਲੀਆਂ ਵੀ ਬਹੁਤ ਸੋਹਣੀਆਂ ਪਾਉਂਦੇ ਹੋ ਪੰਜਾਬ ਦਾ ਤੁਹਾਡੇ ਤੇ ਅਸਰ ਜਿਹੜਾ ਪੂਰਾ ਇਹ ਜਿਹੜੀ ਗੋਟੇ ਵਾਲੀ ਚੁੰਨੀ ਹੈ ਨਾ ਇਸ ਦਾ ਅਸਰ ਪੂਰਾ ਤੁਹਾਡੇ ਮਨ ਤੇ ਹੈ ਤੁਹਾਨੂੰ ਪੰਜਾਬੀ ਗੀਤ ਵੀ ਆਉਂਦੇ ਥੋੜੇ ਥੋੜੇ ਥੋੜਾ ਥੋੜਾ ਅੱਛਾ ਸੁਣਾਓਗੇ ਕੋਈ ਸਾਡੇ ਸੱਸ ਮਰੀ ਦਾ ਪੰਜ ਸੱਠ ਕੋਠੇ ਸੱਸ ਮਰੀ ਦਾ ਪੰਜ ਸੱਠ ਕੋਠੇ ਅਡਿਆ ਮਾਰ ਮਰ ਤਾਵਾਂਗੇ ਅਡਿਆ ਸਾਰ ਕਾ ਬਣਾਵਾਂਗੇ ਕੋਈ ਆਵੇਗਾ ਕੋਈ ਜਾਵੇਗਾ ਕਰੀ ਦਾ ਮੋਠਰਾ ਪਾ 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 ਕਰੀ ਦਾ ਮੋਠਰਾ ਪੀ 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 ਕਰੀ ਦਾ ਮੋਠਰਾ ਪਾ 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 ਕਰੀ ਦਾ ਮੋਠਰਾ ਪੀ 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 ਵਾਹ ਜੀ ਵਾਹ ਕੀ ਬਾਤ ਬਹੁਤ ਖੂਬ ਤੁਹਾਡਾ ਤੁਹਾਡੀ ਆਵਾਜ਼ ਵੀ ਬੜੀ ਸੋਲਿਡ ਹੈ ਖਾਲੀ ਹੱਥ ਤਾਂ ਆਏ ਸਨ ਇਸ ਜ਼ਿੰਦਗੀ ਦੇ ਵਿੱਚ ਤੇ ਆਪਾਂ ਖਾਲੀ ਹੱਥ ਦੇ ਨਾਲ ਵਾਪਸ ਤੁਰ ਜਾਣਾ ਤੇ ਕਿਉਂ ਆਪਾਂ ਨਾ ਇੱਕ ਦੂਜੇ ਦਾ ਸਪੋਰਟ ਕਰੀਏ ਇੱਕ ਮਦਦ ਕਰਨਾ ਚਾਹੇ ਕੁੜੀਆਂ ਨੂੰ ਅੱਗੇ ਵਧਾਈਏ ਤੇ ਚਾਹੇ ਇੱਕ ਦੂਜੇ ਦਾ ਇੰਪਾਵਰਮੈਂਟ ਕਰੀਏ ਜੇ ਤੁਸੀਂ ਵਧੀਆ ਕੰਮ ਕਰੋਗੇ ਤੇ ਕਿਉਂ ਮੈਂ ਤੁਹਾਡੇ ਪਿੱਛੇ ਨਾ ਸਪੋਰਟ ਕਰੀਏ ਤੇ ਵਾਈਸ ਵਰਸਾ ਵੀ ਤੁਸੀਂ ਕਰ ਸਕਦੇ ਹੋ ਹਾਂਜੀ ਬਸ ਮੇਰਾ ਆਹ ਹੈ ਕਿ ਆਪਾਂ ਕਹਿ ਸਕਦੇ ਹੋ ਕਿ ਤੁਸੀਂ ਬਾਹਰ ਦੇ ਦੇਸ਼ ਦੇ ਵਿੱਚ ਆਇਓ ਤੇ ਤੁਸੀਂ ਆਪਣਾ ਭੈਣ ਭਰਾਵਾਂ ਦਾ ਇਕੱਠੇ ਹੋ ਜਾਈਏ ਤੇ ਵੱਡੀਆਂ ਗੱਲ ਹੈ ਹਾਂਜੀ ਤੇ ਬਸ ਆਹ ਮੇਰਾ ਸੰਦੇਸ਼ ਹੈ ਸਭ ਤੋਂ ਪਹਿਲਾਂ ਪਰਮਾਤਮਾ ਬਾਕੀ ਸਾਰਾ ਆਪਣਾ ਕੰਮ ਵਾਹਿਗੁਰੂ ਜੀ ਕਾ ਖਾਲਸਾ ਆਪਣੇ ਮੁਲਕ ਤੋਂ ਬਾਹਰ ਜਿਹੜੀਆਂ ਸਰਹੱਦਾਂ ਪਾਰ ਕਰ ਸਕਾਂਗੇ ਤੇ ਉੱਥੇ ਆਪਣੇ ਪਿਆਰਾਂ ਨੂੰ ਮਿਲ ਸਕਾਂਗੇ ਇੱਕ ਦੂਜੇ ਨੂੰ ਪੋਜ਼ਿਟਿਵ ਵਾਈਬ ਸਾਡੇ ਵੱਲੋਂ ਜਾਣ ਤੇ ਉਧਰੋਂ ਵੀ ਸਾਨੂੰ ਪੋਜ਼ਿਟਿਵ ਵਾਈਬਸ ਆਉਣ ਇੱਕੇ ਭਾਈਚਾਰੇ ਦੇ ਵਿੱਚ ਰਹਿੰਦੇ ਹੋਏ ਭਾਈਚਾਰੇ ਦਾ ਮਤਲਬ ਜਿਹੜਾ ਇੱਕ ਦੂਜੇ ਦਾ ਚੰਗਾ ਸੋਚਣਾ ਹੋਣਾ ਚਾਹੀਦਾ ਸੋ ਆਈ ਲਵ ਦ ਮੈਸੇਜ ਐਨ ਥੈਂਕ ਯੂ ਸੋ ਮੱਚ ਤੁਸੀਂ ਆਪਣਾ ਸਮਾਂ ਸਾਨੂੰ ਦਿੱਤਾ ਅੱਜ ਬਹੁਤ ਧੰਨਵਾਦ ਤੁਹਾਡਾ ਤੇ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਵਿਊਅਰਸ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਣਾ ਖਿਆਲ ਰੱਖਿਓ ਅਗਲੇ ਹਫ਼ਤੇ ਫਿਰ ਮਿਲਾਂਗੇ